ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਅੱਜ 6 April ਦੀ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਮੌਸਮੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਸੋ ਜਿਵੇਂ ਕਿ ਆਪਾਂ ਕੱਲ ਰਾਤ ਦਿੱਤੀ ਜਾਣਕਾਰੀ ਮੁਤਾਬਕ ਦੇਖਿਆ ਕਿ ਪੰਜਾਬ ਦੇ ਵਿੱਚ ਪੱਛਮੀ ਪਾਸੇ ਵੱਟ ਬੱਦਲੀ ਸਿਸਟਮ ਐਂਟਰ ਹੋਏ ਉਹਨਾਂ ਨੇ ਲਗਭਗ ਸਾਰੇ ਪੰਜਾਬ ਉੱਪਰ ਆਪਣਾ ਬੱਦਲਬਾਗੀ ਦਾ ਜਿਹੜਾ ਦੌਰ ਕੀਤਾ ਤੇ ਹਨੇਰੀ ਵਰਗਾ ਮਾਹੌਲ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਣ ਨੂੰ ਮਿਲਿਆ ਕਈ ਭਾਗਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਕੁਝ ਪੱਛਮੀ ਜ਼ਿਲ੍ਹਿਆਂ ਨੇ ਤੇ ਹੁਣ ਤਸਵੀਰ ਦੀ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਇਹ ਸਿਸਟਮ ਅੱਗੇ ਨਿਕਲ ਚੁੱਕਿਆ ਕੁਝ ਖਾਸ ਪੂਰਬੀ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਟੁੱਟਵੀਂ ਬੱਦਲ ਵਾਈ ਹੈ ਜਿਵੇਂ ਲੁਧਿਆਣਾ ਫਤਿਹਗੜ੍ਹ ਸਾਹਿਬ ਦੇ ਇਲਾਕੇ ਕੁਝ ਪਟਿਆਲੇ ਦੇ ਚੰਡੀਗੜ੍ਹ ਮੋਹਾਲੀ ਸੈਡ ਭਾਗ ਹੋਗੇ ਸੋ ਇਹਨਾਂ ਇਲਾਕਿਆਂ ਵਿੱਚ ਥੋੜੀ ਜੀ ਦਰਮਿਆਨੀ ਟੁੱਟਵੀਂ ਬੱਦਲ ਵਾਈ ਹੈ ਜਿਹੜੀ ਆਉਂਦੇ ਦੋ ਤੋਂ 3 ਘੰਟਿਆਂ ਦੇ ਵਿੱਚ ਮੌਸਮ ਸਾਫ਼ ਹੋਣ ਦੇ आसार ਬਣੇ ਨੇ ਉਸ ਤੋਂ ਬਿਨਾਂ ਬਾਕੀ ਪੰਜਾਬ ਦਾ ਮੌਸਮ ਜ਼ਿਆਦਾਤਰ ਠੀਕ ਠਾਕ ਸਾਫ਼ ਕੋਸ਼ਕ ਹੈ ਸਵੇਰ ਦੇ ਸਮੇਂ ਤੋਂ ਹੀ ਚੰਗੀ ਧੁੱਪ ਦੇਖਣ ਨੂੰ ਮਿਲੂਗੀ ਹਵਾਵਾਂ ਮ ਉੱਤਰ ਪ ਤੇ ਦਿਨ ਦੇ ਵੇਲੇ ਮੌਸਮ ਦੀ ਹਲਚਲ ਫਿਲਹਾਲ ਨਾ ਮਾਤਰ ਹੋਵੇਗੀ ਮੌਸਮ ਖੁਸ਼ਕ ਹੀ ਬਣਿਆ ਰਹੇਗਾ ਦਿਨ ਵੇਲੇ ਚੰਗੀ ਧੁੱਪ ਲੱਗਣ ਕਰਕੇ ਟੈਂਪਰੇਚਰ ਦੇ ਵਿੱਚ ਵਾਧਾ ਹੈ ਜਿਹੜਾ ਉਹ 1-2 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲੇਗਾ ਤੇ ਜਿਸ ਦੇ ਚੱਲਦੇ ਦਿਨ ਦਾ ਟੈਂਪਰੇਚਰ 28 ਤੋਂ ਲੈ ਕੇ 30 ਡਿਗਰੀ ਦੇ ਆਸ-ਪਾਸ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਤੋਂ ਬਿਨਾਂ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਹੀ ਵਗਣਗੀਆਂ ਰਫ਼ਤਾਰ ਰਹੀ ਹਲਕੀ ਦਰਮਿਆਨੀ ਰਹੇਗੀ 5-7 ਕਿਲੋਮੀਟਰ ਤੋਂ ਲੈ ਕੇ 12 ਤੋਂ 15 ਕਿਲੋਮੀਟਰ ਦਰਮਿਆਨ ਵੱਖ-ਵੱਖ ਇਲਾਕਿਆਂ ਦੇ ਵਿੱਚ ਤੇ ਗੱਲ ਕਰੀਏ ਕੋਈ ਮੌਸਮ ਦੇ ਵਿੱਚ ਬਦਲਾਅ ਦੀ ਜਾਂ ਬੱਦਲ ਸਿਸਟਮ ਬਣਨ ਦੀ ਫਿਲਹਾਲ ਸ਼ਾਮ ਤੱਕ ਕਿਹੜਾ ਮੌਸਮ ਹੈ ਉਹ ਠੀਕ ਠਾਕ ਹੀ ਰਹੇਗਾ ਕੋਈ ਜਿਆਦਾ ਵੱਡੀ ਹਲਚਲ ਹੋਣ ਦੇ ਨਿਸ਼ਾਨ ਨਹੀਂ ਹਨ ਸੋ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਦੇ ਆ ਰਹੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਥੋੜੀ ਜਿਹੀ ਨਮੀ ਵਧੀ ਹੋਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਭਗ 8-10 ਦਿਨਾਂ ਦੇ ਵਿੱਚ 2-20 ਪਏ ਨੇ ਜਿਨ੍ਹਾਂ ਦੇ ਚੱਲਦੇ ਨਮੀ ਦੀ ਮਾਤਰਾ ਥੋੜੀ ਜਿਹੀ ਬਣੀ ਹੋਈ ਹੈ ਸੋ ਜਿਹੇ ਦੇ ਵਿੱਚ ਜਦੋਂ ਟੈਂਪਰੇਚਰ ਥੋੜਾ ਜਿਹਾ ਵਾਧਾ ਹੈ ਤਾਂ ਉਸ ਇਲਾਕੇ ਦੇ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਕੁਝ ਬੱਦਲ ਬਣ ਜਾਂਦੇ ਨੇ ਅਚਾਨਕ ਜਿਹੜੇ ਕੁਝ ਹਨੇਰੀ ਜਾਂ ਤੇਜ਼ ਛਰਾਟੇਦਾਰ ਮੀਂਹ ਦੇ ਲਈ ਜ਼ਿੰਮੇਵਾਰ ਬਣ ਜਾਂਦੇ ਨੇ ਸੋ ਜਿਹੇ ਵੀ ਜਿਹੜੇ ਛੋਟੇ-ਮੋਟੇ ਬੱਦਲੀ ਸਿਸਟਮ ਨੇ ਉਹ اچانک ਆਪਾਂ ਨੂੰ ਦੁਪਹਿਰ ਤੋਂ ਬਾਅਦ ਸ਼ਾਮ ਜਾਂ ਰਾਤ ਦੇ ਆਸ-ਪਾਸ ਦੇਖਣ ਨੂੰ ਮਿਲਦੇ ਨੇ ਕਿਉਂਕਿ ਦੁਪਹਿਰ ਦੇ ਆਸ-ਪਾਸ ਜਦੋਂ ਟੈਂਪਰੇਚਰ ਪੂਰਾ ਹਾਈ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਸਿਸਟਮ ਬਣਨੇ ਸ਼ੁਰੂ ਹੋ ਜਾਂਦੇ ਨੇ ਬੱਦਲ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਕੀ ਖਾਸ ਤੌਰ ਤੇ ਪੰਜਾਬ ਦੇ ਪੱਛਮ ਤੋਂ ਲੈ ਕੇ ਦੱਖਣੀ ਤੇ ਕੁਝ ਪੂਰਬੀ ਹਿੱਸਿਆਂ ਤੱਕ ਪ੍ਰਭਾਵਿਤ ਆਪਣਾ ਪ੍ਰਭਾਵਿਤ ਕਰਦੇ ਨੇ ਇਲਾਕਿਆਂ ਨੂੰ ਸੋ ਜਿਹੜੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਆਪਾਂ ਨੂੰ ਕਿਸੇ ਵੀ ਦਿਨ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਇਹਨਾਂ ਦਾ ਕੋਈ ਖਾਸ ਆਪਾਂ ਪ੍ਰੈਡਿਕਸ਼ਨ ਨਹੀਂ ਕਰ ਸਕਦੇ ਵੀ ਇਹ ਕਿਸ ਸਮੇਂ ਜਾਂ ਕਿਸ ਦਿਨ ਬਣੇਗੀ ਕਿਉਂਕਿ ਜਿਸ ਇਲਾਕੇ ਦੇ ਵਿੱਚ ਨਮੀ ਜ਼ਿਆਦਾ ਹੈ ਤਾਂ ਉਹਨਾਂ ਇਲਾਕਿਆਂ ਵਿੱਚ ਬਦਲ ਬਣ ਜਾਂਦੇ ਨੇ ਬਾਕੀ ਮੌਸਮ ਫਿਲਹਾਲ ਅੱਜ ਠੀਕ ਲੱਗਣ ਦੇ आसार ਨੇ ਕੋਈ ਜ਼ਿਆਦਾ ਵੱਡੀ ਹਲਚਲ ਨਹੀਂ ਹੋਵੇਗੀ ਸ਼ਾਮ ਦੇ ਆਸ-ਪਾਸ ਜਾਂ ਰਾਤ ਜੇਕਰ ਕੋਈ ਅਪਡੇਟ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਫਿਰ ਸਮੇਂ ਤੋਂ ਪਹਿਲਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ